ਇਹ ਜਾਦੂ ਨਹੀਂ ਵੀ ਸੀ ਅਤੇ ਅੱਲਾ ਨੇ ਇਹਨੂੰ ਚਲਾ ਦਿੱਤਾ। ਇਹ ਮੰਤਰ ਐਕਚੁਲੀ ਮੇਰੇ ਉਸਤਾਦ ਬੱਬੂ ਬਰਾਲ ਸਾਹਿਬ ਉਸ ਡਰਾਮੇ 'ਚ ਇਹਦੀ ਜ਼ਰੂਰਤ ਸੀ ਇਸ ਮੰਤਰ ਦੀ, ਅਤੇ ਫਿਰ ਇਹ ਮੰਤਰ ਉੱਥੋਂ ਕ੍ਰੀਏਟ ਹੋਇਆ। ਚਟਪਨ ਚੌੜ ਚਪੰਨ ਜਟਪਨ ਤੁਮ ਤੜਾਕ ਛੂ ਚੜਾਕ। ਅੱਜ ਦਾ ਜੋਗੀ ਬਾਬਾ ਅਤੇ ਕੱਲ੍ਹ ਦਾ ਚਾਂਦ ਬਰਾਲ, ਇਹ ਸਫ਼ਰ ਤੈਅ ਕਰਨ ਵਾਸਤੇ ਉਹਨਾਂ ਨੂੰ ਕਿਹੜੀ ਮੁਸਾਫ਼ਤ ਤੈਅ ਕਰਨੀ ਪਈ ਹੈ? ਜਦੋਂ ਤੁਸੀਂ ਮਿਹਨਤ ਕਰਦੇ ਹੋ ਔਰ ਦਿਲ ਨਾਲ ਕਰਦੇ ਹੋ ਔਰ ਫਿਰ ਤੁਸੀਂ ਉਸ ਆਪਣੀ ਮਿਹਨਤ ਦੇ ਉੱਤੇ ਫੋਕਸਡ ਰਹਿੰਦੇ ਹੋ ਕਿ ਬਈ ਮੈਂ ਇਹ ਕੰਮ ਕਰਨਾ ਹੈ। ਇਸ ਤਰ੍ਹਾਂ ਹੀ ਸ਼ਹਿਰਾਂ ਦੇ ਵਿੱਚ ਮੁਖਤਲਿਫ ਸ਼ਹਿਰਾਂ 'ਚ ਕਰਦਿਆਂ ਵਾਪਸ ਲਾਹੌਰ ਆਏ। ਨਹੀਂ ਇਨਸ਼ਾਅੱਲਾ, ਸਾਰੀ ਦੁਨੀਆ ਚਾਂਦ ਸਾਹਿਬ ਕਹਿ ਰਹੀ ਤੇ ਅਗਰ ਮੈਂ ਇੱਕ ਚਾਂਦ ਕਹਾਂਗਾ ਤੇ ਕੋਈ ਫਰਕ ਨਹੀਂ ਪੈਂਦਾ? ਵੱਡੇ ਭਰਾ ਵੀ ਸਾਡੇ, ਤੁਸੀਂ ਚਾਂਦ ਅੱਜ ਵੀ ਚਾਂਦ ਕਹੋਗੇ ਤੇ ਸਾਨੂੰ ਖੁਸ਼ੀ ਹੋਏਗੀ। ਬਿਸਮਿਲ੍ਲਾ ਰਹਿਮਾਨ ਰਹੀਮ। ਨਾਜ਼ਰੀਨ, ABHD ਟੀਵੀ ਦੀ ਤਰਫੋਂ ਬਾਬਰ ਬੇਗ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਜਿਸ ਤਰ੍ਹਾਂ ਕਿ ਸਾਡਾ ਤੁਹਾਡੇ ਨਾਲ ਇੱਕ ਵਾਅਦਾ ਹੈ ਕਿ ਇਨਸ਼ਾਅੱਲਾ ਅਸੀਂ ਹਮੇਸ਼ਾ ਤੁਹਾਡੇ ਨਾਲ ਇੱਕ ਨਵੇਂ ਮਹਿਮਾਨ ਨਾਲ ਹਾਜ਼ਰ ਹੋਵਾਂਗੇ। ਅੱਜ ਦੇ ਸਾਡੇ ਮਹਿਮਾਨ ਕਿਸੇ ਵੀ ਤਾਰਫ ਦੇ ਮਹਤਾਜ ਨਹੀਂ। ਪੰਜਾਬ ਦੀ ਇੱਕ ਮਿਸਾਲ ਹੈ ਕਿ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ, ਬਹੁਤ ਛੋਟੀ ਉਮਰ 'ਚ ਬਹੁਤ ਬੜਾ ਨਾਮ ਪਾਇਆ, ਬਲਕਿ ਬਹੁਤ ਵੱਡਾ ਕਰੈਕਟਰ ਕੀਤਾ। ਉਮਰ ਛੋਟੀ ਲੇਕਿਨ ਕਰੈਕਟਰ ਵੱਡਾ, ਯਾਨੀ ਕਿ ਮੇਰੀ ਮੁਰਾਦ ਮਜ਼ਾਕ ਰਾਤ ਦੇ ਬਾਬਾ ਜੋਗੀ। ਅੱਜ ਕੱਲ੍ਹ ਸਿਆਸੀ ਥੀਏਟਰ ਕਰ ਰਹੇ ਨੇ ਅਤੇ ਮੈਂ ਜ਼ਿਆਦਾ ਦੇਰ ਤੱਕ ਉਹਨਾਂ ਦੇ ਅਤੇ ਤੁਹਾਡੇ ਦਰਮਿਆਨ ਹਾਇਲ ਨਹੀਂ ਰਹਿਣਾ ਚਾਹੁੰਦਾ। ਅਤੇ ਆਓ ਉਹਨਾਂ ਨਾਲ ਗੱਲਬਾਤ ਕਰਨੇ ਹਾਂ ਅਤੇ ਜਾਣਨੇ ਹਾਂ ਕਿ ਅੱਜ ਦਾ ਜੋਗੀ ਬਾਬਾ ਅਤੇ ਕੱਲ੍ਹ ਦਾ ਚਾਂਦ ਬਰਾਲ, ਇਹ ਸਫ਼ਰ ਤੈਅ ਕਰਨ ਵਾਸਤੇ ਉਹਨਾਂ ਨੂੰ ਕਿਹੜੀ ਮੁਸਾਫ਼ਤ ਤੈਅ ਕਰਨੀ ਪਈ ਹੈ? ਚਟਪਨ ਚੌੜ ਚਪੰਨ ਜਟਪਨ ਤੁਮ ਤੜਾਕ ਛੂ ਚੜਾਕ। ਅੱਛਾ ਚਲੋ, ਚਾਂਦ ਬਰਾਲ ਸਾਹਿਬ ਤੁਹਾਡੇ ਨਾਲ ਗੱਲਬਾਤ ਤਾਂ ਹੁੰਦੀ ਰਹੇਗੀ। ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਕਿ ਇਹ ਜਿਹੜਾ ਤੁਹਾਡਾ ਮੰਤਰ ਹੈ, ਇਹ ਵਾਕਈ ਕਿਸੇ ਜਾਦੂ ਦਾ ਹਿੱਸਾ ਹੈ ਜਾਂ ਐਵੇਂ ਕੋਈ ਮਤਲਬ ਇਹ ਮੰਤਰ ਹੀ ਪੜ੍ਹ ਦਿੰਦੇ ਹੋ? ਇਹ ਜਾਦੂ ਨਹੀਂ ਵੀ ਸੀ ਅਤੇ ਅੱਲਾ ਨੇ ਇਹਨੂੰ ਚਲਾ ਦਿੱਤਾ। ਇਹ ਮੰਤਰ ਐਕਚੁਲੀ ਮੇਰੇ ਉਸਤਾਦ ਬੱਬੂ ਬਰਾਲ ਸਾਹਿਬ ਦਾ ਇੱਕ ਡਰਾਮਾ ਸੀ ਖਰੀਆਂ ਖਰੀਆਂ। ਉਸ ਡਰਾਮੇ 'ਚ ਇਹਦੀ ਜ਼ਰੂਰਤ ਸੀ ਇਸ ਮੰਤਰ ਦੀ, ਅਤੇ ਫਿਰ ਇਹ ਮੰਤਰ ਉੱਥੋਂ ਕ੍ਰੀਏਟ ਹੋਇਆ। ਸੋ ਕੁਛ ਚੀਜ਼ਾਂ ਵਿੱਚ ਮੈਂ ਐਡ ਕੀਤੀਆਂ ਅਤੇ ਇੱਕ ਪੂਰਾ ਮੰਤਰ ਬਣ ਗਿਆ ਕਿ ਕੁੱਲੂ ਪੁੱਲੂ ਚੂਚ ਪੁੱਲੂ ਹੱਟ ਕਟੋਰੀ ਚੂ ਬੂ ਜਮਾਲੀ ਕਾਲਾ ਤਿੱਤਰ ਚਿੱਟਾ ਤਿੱਤਰ ਲੰਗੂਰ ਹੱਟ ਕਟੋਰੀ ਚੂ ਪਿਆਲਾ ਕਾਲਾ ਤਿੱਤਰ ਮਹਰੂਰ ਦਾਗੜਦਾ 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 ਆਕੜ ਦਿਨ ਤਾ ਆ। ਇਹ ਦੋ ਤਿੰਨ ਚਾਰ ਮੰਤਰ ਇਕੱਠੇ ਕਰਕੇ ਅਤੇ ਇੱਕ ਮੰਤਰ ਬਣਿਆ ਅਤੇ ਉਹ ਜੋਗੀ ਦਾ ਮੰਤਰ ਬਣ ਗਿਆ। ਵਾਹ ਵਾਹ, ਕਿਆ ਕਹਿਣੇ, ਮਾਸ਼ਾਅੱਲਾ, ਖੂਬ ਮੰਤਰ ਤੁਸੀਂ ਪੜ੍ਹਿਆ, ਐਸਾ ਮੰਤਰ ਪੜ੍ਹਿਆ ਕਿ ਤੁਹਾਡਾ ਮਜ਼ਾਕ ਰਾਤ ਸ਼ੋਅ 'ਤੇ ਮੰਤਰ ਪੜ੍ਹਿਆ ਗਿਆ। ਅੱਛਾ ਚੰਦ ਸਾਹਿਬ, ਤੁਹਾਡਾ ਓਰਿਜਨਲ ਨਾਮ ਕੀ ਹੈ? ਮੇਰਾ ਅਸਲ ਨਾਂ ਸਾਕਿਬ ਚਾਂਦ ਹੈ ਜੀ, ਔਰ ਚਾਂਦ ਬਰਾਲ ਜਿਹੜਾ ਇਹ ਮੈਨੂੰ ਫਿਰ ਬੱਬੂ ਬਰਾਲ ਸਾਹਿਬ, ਚੂੰਕਿ ਮੇਰੇ ਉਸਤਾਦ ਸਨ, ਅਤੇ ਇੱਕ ਦਫਾ ਉਹਨਾਂ ਨੇ ਬਾਹਰ ਡਰਾਮੇ ਦਾ ਬੈਨਰ, ਉਦੋਂ ਬੈਨਰ ਲਿਖੇ ਜਾਂਦੇ ਸਨ ਤੁਹਾਨੂੰ ਯਾਦ ਹੋਏਗਾ, ਕਿਉਂਕਿ ਤੁਸੀਂ ਤੁਹਾਡਾ ਮੇਰਾ ਸਾਥ ਵੀ ਜਿਹੜਾ ਇਹ ਤਕਰੀਬਨ ਕੋਈ 15-20 ਸਾਲ ਦਾ ਸਾਥ ਹੈ, ਅਤੇ ਅਸੀਂ ਤੁਹਾਡੇ ਕੋਲ ਵੀ ਕਾਫੀ ਕੁਛ ਸਿੱਖਿਆ। ਅਤੇ ਉਹ ਉਦੋਂ ਬੈਨਰ ਲਿਖੇ ਜਾਂਦੇ ਸਨ, ਅਤੇ ਫਿਰ ਉਹ ਬੈਨਰ 'ਤੇ ਜਦੋਂ ਬੱਬੂ ਸਾਹਿਬ ਨੇ ਇੱਕ ਦਫਾ ਬਾਹਰ ਆਉਂਦਿਆਂ ਨਾ ਪੜ੍ਹਿਆ ਕਿ ਲਿਖਿਆ ਸੀ ਸਾਕਿਬ ਚਾਂਦ ਛੋਟਾ ਜਿਹਾ ਨਾ ਅੱਗੇ, ਕਿਉਂਕਿ ਅਸੀਂ ਮੈਂ ਤਾਂ ਇੱਕ ਸਟਾਰਟ ਐਂਟਰੀ ਕਰਨ ਵਾਲੇ ਮੁੰਡਿਆਂ 'ਚ ਸਾਂ, ਅਤੇ ਉਹ ਮੈਨੂੰ ਲਿਖ ਪੜ੍ਹ ਕੇ ਅਤੇ ਆ ਕੇ ਕਹਿੰਦੇ ਨੇ ਕਿ ਯਾਰ ਇਹ ਸਾਕਿਬ ਚਾਂਦ ਤੇਰਾ ਨਾਂ ਲਿਖਿਆ ਸੀ ਬਾਹਰ। ਮੈਂ ਕਿਹਾ ਜੀ, ਕਹਿੰਦੇ ਨੇ ਅੱਛਾ ਯਾਰ ਤੂੰ ਚਾਂਦ ਬਰਾਲ ਲਿਖਾਇਆ ਕਰ। ਅਤੇ ਫਿਰ ਉਸ ਦਿਨ ਤੋਂ ਇਹ ਚਾਂਦ ਬਰਾਲ ਹੋ ਗਿਆ, ਚਾਂਦ ਬਰਾਲ ਹੀ ਚੱਲਦਾ ਆ ਰਿਹਾ। ਵਾਹ ਵਾਹ, ਕਿਆ ਕਹਿੰਦੇ, ਚਾਂਦ ਬਰਾਲ, ਮਾਸ਼ਾਅੱਲਾ, ਤੁਸੀਂ ਬਰਾਲ ਫੈਮਿਲੀ ਦੇ ਨਾਂ ਨੂੰ ਚਾਰ ਚਾਂਦ ਹੋਰ ਲਾ ਦਿੱਤੇ, ਇਹਦੇ 'ਚ ਕੋਈ ਸ਼ੱਕ ਨਹੀਂ। ਅੱਛਾ ਇਹ ਦੱਸੋ ਕਿ ਤੁਸੀਂ ਇਹ ਜਿਹੜਾ ਤੁਹਾਡੀ ਐਕਟਿੰਗ ਦਾ ਸਫ਼ਰ ਹੈ, ਇਹਦਾ ਆਗਾਜ਼ ਤੁਸੀਂ ਕਦੋਂ ਕੀਤਾ? ਜਿਵੇਂ ਤੁਹਾਨੂੰ ਪਤਾ ਹੀ ਨਹੀਂ,
ਨਹੀਂ ਨਹੀਂ ਮੈਂ ਚਾਹੁੰਦਾ ਕਿ ਸਾਡੇ ਜਿਹੜੇ ਨਾਜ਼ਰੀਨ ਨੇ ਇਹਨਾਂ ਨੂੰ ਪਤਾ ਚੱਲੇ, ਕਿਉਂਕਿ ਤੁਹਾਡੇ ਬਾਰੇ 'ਚ ਬਹੁਤ ਕੁਝ ਜਾਣਨਾ ਚਾਹੁੰਦੇ ਨੇ, ਔਰ ਮੈਂ ਚਾਹੁੰਦਾ ਕਿ ਇਹਨਾਂ ਨੂੰ ਇਹ ਵੀ ਪਤਾ ਲੱਗੇ ਕਿ ਇੱਕ ਫਨਕਾਰ ਦੀ ਮੰਜ਼ਿਲ ਕਿੰਨੀ ਮੁਸ਼ਕਲ ਔਰ ਕਿੰਨੀ ਹਾਰਡ ਹੁੰਦੀ ਹੈ, ਉਹਦੇ ਵਾਸਤੇ ਕਿੰਨੀ ਸਟਰਗਲ ਕਰਨੀ ਪੈਂਦੀ ਹੈ, ਕਿੰਨੇ ਵਕਤਾਂ 'ਚ ਗੁਜ਼ਰਨਾ ਪੈਂਦਾ, ਇਹ ਮੈਂ ਲੋਕਾਂ ਨੂੰ ਸੁਣਵਾਉਣਾ ਚਾਹੁੰਦਾ। ਬੇਗ ਸਾਹਿਬ ਦੇਖੋ, ਕੰਮ ਕੋਈ ਵੀ ਹੈ, ਕੋਈ ਵੀ ਕਿਸੇ ਵੀ ਜ਼ਿੰਦਗੀ ਦੇ ਸ਼ੋਬੇ 'ਚ ਤੁਸੀਂ ਅਗਰ ਜਾਣਦੇ ਹੋ ਤਾਂ ਫਿਰ ਉੱਥੇ ਤੁਹਾਨੂੰ ਮਿਹਨਤ ਕਰਨੀ ਪੈਂਦੀ। ਜਦੋਂ ਤੁਸੀਂ ਮਿਹਨਤ ਕਰਦੇ ਹੋ ਔਰ ਦਿਲ ਨਾਲ ਕਰਦੇ ਹੋ ਔਰ ਫਿਰ ਤੁਸੀਂ ਉਸ ਆਪਣੀ ਮਿਹਨਤ ਦੇ ਉੱਤੇ ਫੋਕਸਡ ਰਹਿੰਦੇ ਹੋ ਕਿ ਬਈ ਮੈਂ ਇਹ ਕੰਮ ਕਰਨਾ, ਡੀ ਟਰੈਕ ਨਹੀਂ ਹੁੰਦਾ, ਅਤੇ ਫਿਰ ਅੱਲਾਹ ਪਾਕ ਜ਼ਰੂਰ ਤੁਹਾਡੀ ਮਦਦ ਕਰਦੇ ਨੇ। ਇਸੇ ਤਰ੍ਹਾਂ ਹੀ ਮੇਰਾ ਸਫ਼ਰ ਜਿਹੜਾ ਉਹ ਅੱਜ ਤੋਂ 15-20 ਸਾਲ ਪਹਿਲੇ ਕਹਿ ਲਓ ਕਿ ਸਟਾਰਟ ਹੋਇਆ ਸੀ। ਸੋ ਉਸ ਤੋਂ ਬਾਅਦ ਫਿਰ ਮੈਂ ਗੁਜਰਾਤ ਤੋਂ ਲਾਹੌਰ ਚਲਾ ਗਿਆ ਸਾਂ, ਅਤੇ ਜਦੋਂ ਮੈਂ ਲਾਹੌਰ ਗਿਆ ਸਾਂ ਤਾਂ ਮੈਨੂੰ ਯਾਦ ਹੈ ਕਿ ਮੈਂ ਆਪਣੇ ਜਿਹੜਾ ਮੇਰਾ ਕਿਤਾਬਾਂ ਵਾਲਾ ਬੈਗ ਸੀ, ਮੈਂ ਉਹਦੇ 'ਚੋਂ ਕਿਤਾਬਾਂ ਕੱਢੀਆਂ ਸਨ ਅਤੇ ਉਹਦੇ 'ਚ ਮੈਂ ਆਪਣੇ 2 ਸੂਟ ਰੱਖੇ ਸਨ, ਅਤੇ ਇਹ ਸਫ਼ਰ ਸ਼ੁਰੂ ਹੋ ਗਿਆ ਸੀ ਉਸ ਦਿਨ ਤੋਂ। ਅਤੇ ਅੱਜ 20 ਸਾਲ ਹੋ ਗਏ ਨੇ, ਅਤੇ ਅੱਗੇ ਵੀ ਮੇਰਾ ਹਾਲੇ ਸਫ਼ਰ ਜਾਰੀ ਰਹੇਗਾ, ਜਿੰਨੀ ਦੇਰ ਤੱਕ ਮੈਂ ਜ਼ਿੰਦਾ ਹਾਂ ਇਹ ਸਫ਼ਰ ਜਾਰੀ ਰਹੇਗਾ, ਸਟਰਗਲ ਕਰਦੇ ਰਹਾਂਗੇ। ਕਿਉਂਕਿ ਫਨਕਾਰ ਜਿਹੜਾ ਉਹ ਤੁਹਾਨੂੰ ਪਤਾ ਕਿ ਕਦੀ ਵੀ ਕੰਪਲੀਟ ਨਹੀਂ ਹੁੰਦਾ ਆਪਣੇ ਕੰਮ ਦੇ ਵਿੱਚ, ਉਹਨੂੰ ਰੋਜ਼ ਨਵਾਂ ਕੁਛ ਕਰਨਾ ਹੁੰਦਾ। ਫਨਕਾਰ ਨੂੰ, ਆਰਟਿਸਟ ਨੂੰ ਕੁਛ ਰੋਜ਼ ਨਵਾਂ ਪਬਲਿਕ ਵਾਸਤੇ ਲੈ ਕੇ ਆਉਣਾ ਪੈਂਦਾ। ਉਹਦੀ ਵਜ੍ਹਾ ਕਿ ਅਸੀਂ, ਕਿਉਂਕਿ ਤੁਹਾਨੂੰ ਪਤਾ ਕਿ ਮੈਂ ਇੱਕ ਕਮਰਸ਼ੀਅਲ ਥੀਏਟਰ ਵੀ ਕਰਨਾ ਵਾਂ, ਅਤੇ ਕਮਰਸ਼ੀਅਲ ਥੀਏਟਰ ਦੇ ਉੱਤੇ ਸਾਡਾ ਮੋਸਟਲੀ 15 ਦਿਨ ਦਾ ਸਪੈਲ ਹੁੰਦਾ, 16 ਦਿਨ ਦਾ। ਅਤੇ ਅਗਰ ਅਸੀਂ ਕਿਧਰੇ ਲਾਹੌਰ 'ਚੋਂ ਬਾਹਰ ਕੰਮ ਕਰਦੇ ਹਾਂ ਤਾਂ ਫਿਰ ਤੁਹਾਨੂੰ ਪਤਾ ਕਿ 7 ਦਿਨ ਦਾ, ਜੁੰਮੇ ਤੋਂ ਲੈ ਕੇ ਜੁੰਮੇ ਰਾਤ ਤੱਕ। ਅਤੇ ਮੈਂ ਉਹਦੇ 'ਚ ਆਊਟਡੋਰ ਵੀ ਬਹੁਤ ਕੀਤਾ, ਯਾਨੀ ਕਿ ਦੂਸਰੇ ਸ਼ਹਿਰਾਂ 'ਚ ਵੀ ਬਹੁਤ ਕੰਮ ਕੀਤਾ, ਤੁਹਾਡੇ ਨਾਲ ਹੀ ਕਰਦੇ ਰਹੇ ਹਾਂ, ਉਹਦੇ 'ਚ ਤੁਹਾਡਾ ਵੀ ਸਾਥ ਰਿਹਾ ਹੈ ਨਾਲ, ਔਰ ਰਹਿਨੁਮਾਈ ਵੀ ਰਹੀ ਹੈ ਤੁਹਾਡੀ, ਕਿਉਂਕਿ ਸੀਨੀਅਰ ਹੋ ਤੁਸੀਂ ਸਾਡੇ। ਅਤੇ ਰੋਜ਼ ਕੁਛ ਨਵਾਂ ਕਰਨਾ ਪੈਂਦਾ ਸੀ, ਯਾਨੀ 7 ਦਿਨ ਬਾਅਦ ਡਰਾਮਾ ਚੇਂਜ ਹੁੰਦਾ ਸੀ, 7 ਦਿਨ ਬਾਅਦ ਕੈਰੈਕਟਰ ਚੇਂਜ ਹੋ ਜਾਂਦਾ ਸੀ, 7 ਦਿਨ ਬਾਅਦ ਫਿਰ ਗੱਲਾਂ ਵੀ ਚੇਂਜ ਕਰਨੀਆਂ ਪੈਂਦੀਆਂ ਸਨ। ਸੋ ਉਹ ਇਹ ਰੋਜ਼ ਨਵਾਂ ਕਰਨ ਦੇ ਚੱਕਰ ਦੇ ਵਿੱਚ ਅਸੀਂ ਫਿਰ ਰੋਜ਼ ਨਵਾਂ ਹੀ ਕੁਛ ਸਿੱਖਣਾ ਪੈਂਦਾ। ਅਤੇ ਉਹ ਅੱਜ 20 ਸਾਲ ਹੋ ਗਏ ਨੇ ਇਸ ਕੰਮ ਨੂੰ, ਅਤੇ ਮੈਂ ਸਮਝਦਾ ਵਾਂ ਕਿ ਅਜੇ ਵੀ ਕੁਛ ਕਰਨ ਦੀ ਜਿਹੜੀ ਜੁਸਤਜੂ ਹੈ ਨਾ, ਕੁਛ ਨਵਾਂ ਕਰਨ ਦੀ ਜੁਸਤਜੂ, ਉਹ ਘਟੀ ਨਹੀਂ, ਉਹ ਵਧੀ ਜਾ ਰਹੀ ਹੈ, ਦਿਨ ਬ ਦਿਨ ਵਧੀ ਜਾ ਰਹੀ ਹੈ। ਔਰ ਦਿਲ ਕਰਦਾ ਕਿ ਯਾਰ ਨੈਕਸਟ ਟਾਈਮ ਅਗਰ ਮੈਂ ਕੋਈ ਪ੍ਰੋਗਰਾਮ ਕਰਾਂ ਟੀ ਵੀ ਦਾ, ਜਾਂ ਕੋਈ ਮੈਂ ਥੀਏਟਰ ਕਰਾਂ, ਜਾਂ ਕਿਸੇ ਮੂਵੀ ਦਾ ਮੌਕਾ ਮਿਲੇ, ਜਾਂ ਟੀ ਵੀ 'ਚ ਕੋਈ ਡਰਾਮੇ ਦਾ ਮੌਕਾ ਮਿਲੇ, ਅਤੇ ਕੁਛ ਨਵਾਂ ਕਰਾਂ। ਸੋ ਇਹ ਨਵਾਂ ਕਰਨ ਦੀ ਜੁਸਤਜੂ ਜਿਹੜੀ ਹੈ, ਇਹ ਜਾਰੀ ਰਹਿੰਦੀ ਹੈ ਔਰ ਜਾਰੀ ਰਹੇਗੀ ਜਦੋਂ ਤੱਕ ਹੈਵਾਂ ਸੀ। ਚਲੋ, ਅੱਲਾਹ ਪਾਕ ਤੁਹਾਡੇ ਸਫ਼ਰ ਨੂੰ ਰਵਾਂ ਦਵਾਂ ਰੱਖੇ। ਅੱਛਾ ਚਾਂਦ ਸਾਹਿਬ, ਤੁਹਾਨੂੰ ਮੈਂ ਇਹ ਪੁੱਛਣਾ ਚਾਹਾਂਗਾ ਕਿ ਗੁਜਰਾਤ ਤੋਂ ਥੀਏਟਰ, ਅਤੇ ਥੀਏਟਰ ਤੋਂ ਫਿਰ ਟੀ ਵੀ ਦਾ ਸਫ਼ਰ, ਥੀਏਟਰ ਤੋਂ ਟੀ ਵੀ ਦਾ ਸਫ਼ਰ ਕਰਨ ਵਾਸਤੇ ਕਿੰਨਾ ਅਰਸਾ ਲੱਗਾ, ਅਤੇ ਉਹਦੇ 'ਚ ਕੀ ਮੁਸ਼ਕਲਾਂ ਪੇਸ਼ ਆਈਆਂ? ਬੇਗ ਸਾਹਿਬ, ਮੈਂ ਪਹਿਲੇ ਤਾਂ ਚੁੱਕੇ ਥੀਏਟਰ ਹੀ ਕਰਦਾ ਰਿਹਾ ਵਾਂ, ਔਰ ਥੀਏਟਰ ਫਿਰ ਆਊਟਡੋਰ 'ਚ ਵੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕਰਦਾ ਰਿਹਾ, ਫਿਰ ਲਾਹੌਰ ਆ ਕੇ ਕਰਨਾ ਸ਼ੁਰੂ ਕੀਤਾ ਥੀਏਟਰ। ਅਤੇ ਜਦੋਂ ਲਾਹੌਰ ਆ ਕੇ ਕਰਨਾ ਸ਼ੁਰੂ ਕੀਤਾ ਤਾਂ ਫਿਰ ਲਾਹੌਰੋਂ ਮੈਨੂੰ ਟੀ ਵੀ 'ਚ ਕੰਮ ਕਰਨ ਦੀ ਵੀ ਔਫਰ ਹੋਈ। ਉਸ ਤੋਂ ਪਹਿਲਾਂ ਵੀ ਜਦੋਂ ਮੈਂ ਕਰਦਾ ਸਾਂ ਲਾਹੌਰ ਕੰਮ, ਕਿਉਂਕਿ ਮੇਰਾ ਸਟਾਰਟ ਲਾਹੌਰ ਤੋਂ ਹੈ, ਅਲਹਮਰਾ ਆਰਟਸ ਕੌਂਸਲ ਤੋਂ, ਅਤੇ ਅਲਹਮਰਾ ਆਰਟਸ ਕੌਂਸਲ 'ਚ ਅਸੀਂ ਸਟਾਰਟ ਡਰਾਮੇ ਕਰਦੇ ਰਹੇ ਹਾਂ, ਛੋਟੇ ਮੋਟੇ ਕੈਰੈਕਟਰ ਟੈਲੀਵਿਜ਼ਨ 'ਤੇ ਬੁਲਾ ਲੈਂਦੇ ਸਨ, ਜਿਸ ਤਰ੍ਹਾਂ ਉਸ ਦੌਰ ਦੇ ਵਿੱਚ ਫੈਮਲੀ ਫਰੰਟ ਚੱਲਦਾ ਹੁੰਦਾ ਸੀ ਪੀ ਟੀ ਵੀ 'ਤੇ, ਉਦੋਂ ਯਾਦ ਹੈ ਤੁਹਾਨੂੰ, ਇੱਕ ਪੀ ਟੀ ਵੀ ਹੁੰਦਾ ਸੀ, ਅਤੇ ਉਹ ਫੈਮਲੀ ਫਰੰਟ ਦੇ ਵਿੱਚ ਕੁਝ ਛੋਟੇ ਮੋਟੇ ਕੈਰੈਕਟਰਸ ਮਿਲਦੇ ਰਹਿੰਦੇ ਸਨ। ਔਰ ਫਿਰ ਜਦੋਂ ਮੈਂ ਇੱਥੋਂ ਚਲਾ ਗਿਆ ਆਊਟਡੋਰ ਕੰਮ ਕਰਨ, ਜਿਸ ਤਰ੍ਹਾਂ ਫੈਸਲਾਬਾਦ, ਸਾਹੀਵਾਲ, ਉਕਾੜਾ, ਮੁਲਤਾਨ, ਰਾਵਲਪਿੰਡੀ, ਇਸ ਤਰ੍ਹਾਂ ਹੀ ਸ਼ਹਿਰਾਂ ਦੇ ਵਿੱਚ, ਮੁਖਤਲਿਫ ਸ਼ਹਿਰਾਂ 'ਚ ਕਰਦਿਆਂ ਵਾਪਸ ਲਾਹੌਰ ਆਏ, ਲਾਹੌਰ ਥੀਏਟਰ 'ਤੇ ਕੰਮ ਸਟਾਰਟ ਹੋ ਗਿਆ।
ਫਿਰ ਥੀਏਟਰ ਤੋਂ ਮੈਨੂੰ ਆਫਰ ਹੋਈ, ਜਿਹਦੇ ਵਿੱਚ ਮੈਨੂੰ ਸਾਡੇ ਪ੍ਰੋਡਿਊਸਰ ਨੇ ਆਪਣਾ ਥੀਏਟਰ ਦੇ ਸਖੀ ਸਰਵਰ ਭੱਟ ਸਾਹਿਬ, ਸਖੀ ਸਰਵਰ ਸਾਹਿਬ ਨੇ ਮੈਨੂੰ ਕਿਹਾ ਬੁਲਾ ਕੇ ਆਪਣੇ ਆਫਿਸ 'ਚ, ਉਹਨਾਂ ਨੇ ਕਿਹਾ ਕਿ ਤੁਸੀਂ ਦੁਨੀਆ ਟੀਵੀ 'ਤੇ ਜਾਓ, ਤੁਹਾਨੂੰ ਸੁਹੇਲ ਅਹਿਮਦ ਸਾਹਿਬ ਜਿਹੜੇ ਨੇ ਉਹ ਉਹਨਾਂ ਨੇ ਮੈਨੂੰ ਕਿਹਾ ਕਿ ਕੁਛ ਲੋਕ ਕੁਛ ਐਕਟਰ ਜਿਹੜੇ ਨੇ ਕੁਝ ਲੜਕੇ ਨਵੇਂ ਭੇਜੋ ਕਿ ਬਈ ਉਹਨਾਂ ਨਾਲ ਮੁਲਾਕਾਤ ਕਰਨੀ। ਅਤੇ ਫਿਰ ਮੇਰੀ ਸੁਹੇਲ ਅਹਿਮਦ ਸਾਹਿਬ ਨਾਲ ਮੁਲਾਕਾਤ ਹੋਈ। ਸੁਹੇਲ ਅਹਿਮਦ ਸਾਹਿਬ ਸਾਡੇ ਮਾਂ ਬਾਪ ਨੇ ਇਸ ਕੰਮ ਦੇ ਵਿੱਚ ਉਸਤਾਦ ਨੇ ਕਿਆ ਕਹਿਣਾ। ਹਾਂਜੀ, ਅਤੇ ਸੁਹੇਲ ਸਾਹਿਬ ਨੇ ਫਿਰ ਮੈਨੂੰ ਕਿਹਾ ਕਿ ਠੀਕ ਹੈ ਜੀ। ਉਹ ਖੈਰ ਉਸ ਵਕਤ 'ਤੇ ਕੋਈ ਗੱਲ ਨਹੀਂ ਹੋਈ, ਸੁਹੇਲ ਸਾਹਿਬ ਨਾਲ ਬੈਠ ਕੇ ਅਸੀਂ ਚਾਏ ਸ਼ਾਏ ਪੀ ਕੇ ਵਾਪਸ ਆ ਗਏ। ਨੈਕਸਟ ਡੇ ਮੈਨੂੰ ਕਾਲ ਆਈ ਦੁਨੀਆ ਟੀਵੀ ਤੋਂ ਕਿ ਜੀ ਤੁਸੀਂ ਆਓ। ਗਏ ਅਤੇ ਫਿਰ ਮੁਲਾਕਾਤ ਹੋਈ ਆਯੂਬ ਖਾਵਰ ਸਾਹਿਬ ਨਾਲ। ਆਯੂਬ ਖਾਵਰ ਸਾਹਿਬ ਵੀ PTV ਤੋਂ ਲੈ ਕੇ ਅਤੇ ਉਹਨਾਂ ਦਾ ਸਫ਼ਰ ਅੱਜ ਤੱਕ ਜੀ ਜੀ ਬਹੁਤ ਵੱਡਾ ਨਾਂ ਹੈ, ਬਹੁਤ ਵੱਡਾ ਨਾਂ। ਉਸਤਾਦ ਨੇ ਸਾਡੇ ਦੇ ਮਾਂ ਪਿਓ ਵੀ ਨੇ, ਉਸਤਾਦ ਵੀ ਨੇ। ਉਹਨਾਂ ਨਾਲ ਮੁਲਾਕਾਤ ਹੋਈ, ਫਿਰ ਮੁਜ਼ਾਕਰਾਤ ਦੇ ਜਿਹੜੇ ਡਾਇਰੈਕਟਰ ਨੇ ਹਾਸ਼ਿਮ ਸਾਹਿਬ, ਉਹਨਾਂ ਨਾਲ ਮੁਲਾਕਾਤ ਹੋਈ। ਸੋ ਉਹ ਉਹਨਾਂ ਨੇ ਫਿਰ ਮੈਨੂੰ ਕੈਰੈਕਟਰ ਦੇਣੇ ਸ਼ੁਰੂ ਕੀਤੇ ਛੋਟੇ ਛੋਟੇ। ਉਹ ਇੱਕ ਇੱਕ ਐਂਟਰੀ ਸੀ ਮੁਜ਼ਾਕਰਾਤ 'ਚ, ਦੋ ਤਿੰਨ ਕੈਰੈਕਟਰ ਪਹਿਲੇ ਕੀਤੇ, ਉਸ ਤੋਂ ਬਾਅਦ ਫਿਰ ਇੱਕ ਜੋਗੀ ਵਾਲਾ ਕੈਰੈਕਟਰ ਕੀਤਾ। ਅਤੇ ਉਹ ਆਯੂਬ ਖਾਵਰ ਸਾਹਿਬ ਨੇ ਕਿਹਾ ਕਿ ਉਹਨਾਂ ਕਿਹਾ ਜੀ ਇਹਨੂੰ ਅਸੀਂ ਕੰਟੀਨਿਊ ਕਰਾਂਗੇ, ਇਹੀ ਕਰਾਂਗੇ ਅਸੀਂ ਨੈਕਸਟ ਐਪੀਸੋਡ 'ਚ ਵੀ। ਤੋ ਨੈਕਸਟ ਐਪੀਸੋਡ 'ਚ ਵੀ ਜੋਗੀ ਕੀਤਾ, ਫਿਰ ਜੋਗੀ ਕੀਤਾ, ਫਿਰ ਜੋਗੀ ਕੀਤਾ। ਉਹ ਪਹਿਲੇ ਪਹਿਲੇ ਇਹ ਸੀ ਕਿ ਬਈ ਹਫ਼ਤੇ 'ਚ ਅਗਰ 3 ਪ੍ਰੋਗਰਾਮ ਮੁਜ਼ਾਕਰਾਤ ਦੇ ਚੱਲਦੇ ਨੇ ਤਾਂ ਇੱਕ ਦਿਨ ਵਿੱਚ ਜੋਗੀ ਵੀ ਆਇਆ ਕਰੇਗਾ। ਉਹ ਫਿਰ ਜੋਗੀ ਦਾ ਕੈਰੈਕਟਰ ਇਤਨਾ ਲੋਕਾਂ ਨੇ ਪਸੰਦ ਕੀਤਾ, ਉਹਨੂੰ ਇਤਨੀ ਮੁਹੱਬਤ ਦਿੱਤੀ, ਇਤਨਾ ਪਿਆਰ ਕੀਤਾ ਲੋਕਾਂ ਨੇ ਕਿ ਮੈਨੂੰ ਫਿਰ ਉਹਨਾਂ ਨੇ ਕਿਹਾ ਕਿ ਜੀ ਅਸੀਂ ਹਫ਼ਤੇ 'ਚ 2 ਦਿਨ ਜੋਗੀ ਕਰਾਂਗੇ। ਫਿਰ 3 ਦਿਨ ਪ੍ਰੋਗਰਾਮ 'ਚ ਚੱਲਦਾ ਸੀ ਅਤੇ ਫਿਰ ਜੋਗੀ ਆਹਿਸਤਾ ਆਹਿਸਤਾ 3 ਦਿਨ ਹੀ ਆਉਣਾ ਸ਼ੁਰੂ ਹੋ ਗਿਆ। ਸੋ ਇਹ ਟੈਲੀਵਿਜ਼ਨ ਥੀਏਟਰ ਜਿਹੜਾ ਇਹ ਸਫ਼ਰ ਹੈ ਮੇਰੇ ਨਾਲ ਹੀ ਸ਼ੁਰੂ ਹੋ ਗਿਆ ਸੀ ਜਦੋਂ ਮੈਂ ਇੱਥੋਂ ਗਿਆ ਸਾਂ ਗੁਜਰਾਤ ਤੋਂ, ਅਤੇ ਮੇਰੇ ਨਾਲ ਹੀ ਇਹ ਚੱਲਦਾ ਰਹੇਗਾ। ਅੱਛਾ ਚੰਦ ਸਾਹਿਬ, ਮੈਂ ਚਾਹਾਂਗਾ ਕਿ ਤੁਸੀਂ ਸਾਡੇ ਨਾਜ਼ਰੀਨ ਨੂੰ ਦੱਸੋ ਕਿ ਇੱਕ ਫਨਕਾਰ ਨੂੰ ਇੱਕ ਪਸਤੀ ਦੇ ਸਫ਼ਰ ਤੋਂ ਲੈ ਕੇ ਅਰੂਜ ਦੇ ਸਫ਼ਰ ਤੱਕ, ਉਸ ਰੂਜ ਨੂੰ ਛੂਹਣ ਤੱਕ ਕਿਹੜੀ ਕਿਹੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਔਰ ਕਿਹੜਾ ਕਿਹੜਾ ਵਰਕ ਕਰਨਾ ਪੈਂਦਾ? ਕਿਉਂਕਿ ਮੈਂ ਚਾਹੁੰਦਾ ਕਿ ਲੋਕਾਂ ਨੂੰ ਪਤਾ ਲੱਗੇ ਕਿ ਫਨਕਾਰ ਦੀ ਮੰਜ਼ਿਲ ਖਾਸ ਤੌਰ 'ਤੇ ਜਿਹੜਾ ਪਾਕਿਸਤਾਨ ਹੈ ਇਹਦੇ 'ਚ ਕਿੰਨੀ ਮੁਸ਼ਕਲ ਹੈ ਆਪਣੀ ਮਦਦ ਆਪ ਦੇ ਤਹਿਤ ਸਫ਼ਰ ਜਾਰੀ ਰੱਖਣਾ ਹੁੰਦਾ। ਕਿਉਂਕਿ ਅਸੀਂ ਇਕੱਠਿਆਂ ਕੰਮ ਕੀਤਾ ਔਰ ਚਾਂਦ ਔਰ ਚਾਂਦ ਦਾ ਇੱਕ ਬਿਹਤਰੀਨ ਦੋਸਤ ਮਤਲਬ ਚਾਂਦ ਬਰਾਲ ਸਾਹਿਬ ਦਾ ਬੱਬੂ ਰਾਣਾ, ਅਤੇ ਮਤਲਬ ਇੱਕ ਵਕਤ ਸੀ ਕਿ ਅਸੀਂ ਚਾਂਦ ਕਹਿੰਦੇ ਸਨ, ਲੇਕਿਨ ਅੱਜ ਮੇਰਾ ਦਿਲ ਕਰਦਾ ਕਿ ਮੈਂ ਚਾਂਦ ਸਾਹਿਬ ਕਹਾਂ, ਕਿਉਂਕਿ ਅੱਲਾ ਰੱਬੁਲ ਇੱਜ਼ਤ ਨੇ ਐਸੇ ਮਕਾਮ ਨਾਲ ਔਰ ਐਸੀ ਇੱਜ਼ਤ ਨਾਲ ਨਵਾਜ਼ਿਆ ਚਾਂਦ ਬਰਾਲ ਨੂੰ। ਨਹੀਂ ਇਹ ਕੈਮਰਾ ਆਫ ਹੋ, ਫਿਰ ਤੁਸੀਂ ਮੈਨੂੰ ਚਾਂਦ ਹੀ ਕਹਿਣਾ। ਨਹੀਂ ਇਨਸ਼ਾਅੱਲਾ ਸਾਰੀ ਦੁਨੀਆ ਚਾਂਦ ਸਾਹਿਬ ਕਹਿ ਰਹੀ ਤੇ ਅਗਰ ਮੈਂ ਇੱਕ ਚਾਂਦ ਕਹਾਂਗਾ ਤੇ ਕੋਈ ਫਰਕ ਨਹੀਂ ਪੈਂਦਾ। ਸਾਡੇ ਭਰਾ ਵੀ ਸਾਡੇ, ਤੁਸੀਂ ਚਾਂਦ ਅੱਜ ਵੀ ਚਾਂਦ ਕਹੋਗੇ ਤੇ ਸਾਨੂੰ ਖੁਸ਼ੀ ਹੋਏਗੀ, ਕਿਉਂਕਿ ਐਸੀ ਜਿਹੜੇ ਅੱਛੇ ਦੋਸਤ ਹੁੰਦੇ ਨੇ ਨਾ ਬਾਬਰ ਸਾਹਿਬ, ਔਰ ਜਿਹੜੇ ਅੱਛੇ ਵੈਲਵਿਸ਼ਰ ਹੁੰਦੇ ਨੇ ਤੁਹਾਡੇ, ਉਹ ਹਮੇਸ਼ਾ ਉਹ ਤੁਹਾਨੂੰ ਅਗਰ ਕੁਛ ਥੋੜ੍ਹਾ ਉਸ ਤਰ੍ਹਾਂ ਵੀ ਕੁਛ ਰੂਡ ਵੀ ਬੋਲ ਜਾਣ ਤਾਂ ਫਿਰ ਵੀ ਮੇਰਾ ਖਿਆਲ ਹੈ ਕਿ ਉਹਦੇ 'ਚ ਵੀ ਕੋਈ ਬਿਹਤਰੀ ਹੁੰਦੀ, ਕਿਉਂਕਿ ਉਹ ਤੁਹਾਡੇ ਵੈਲਵਿਸ਼ਰ ਹੁੰਦੇ ਨੇ ਅਤੇ ਤੁਹਾਨੂੰ ਕਿਸੇ ਗਲਤ ਗੱਲ 'ਤੇ ਹੀ ਉਹ ਕਹਿ ਰਹੇ ਹੁੰਦੇ ਨੇ ਕਿ ਯਾਰ ਐਂ ਨਾ ਕਰ ਅਤੇ ਐਂ ਕਰ। ਅਤੇ ਤੁਹਾਡਾ ਮੇਰਾ ਤਾਲੁਕ ਤਾਂ ਇਸ ਕਿਸਮ ਦਾ ਤਾਲੁਕ ਹੈ ਕਿ ਕਹਿ ਲਓ ਕਿ ਅਸੀਂ ਇੱਕ ਮਾਂ ਦੇ ਪੇਟ 'ਚੋਂ ਨਹੀਂ ਹੈਗੇ, ਬਾਕੀ ਅਸੀਂ ਦੋਵੇਂ ਭਰਾ ਹਾਂ।